ਇੱਧਰ ਮੋਟਰ ਚੱਲਦੀ ਆ ਤੇ ਆਪਾਂ ਨੇ ਇੱਥੇ ਆ ਪੱਠਿਆਂ ਨੂੰ ਪਾਣੀ ਲਾਉਣ ਲੱਗੇ ਹੋਏ ਆ। ਉਹ ਤੁਹਾਨੂੰ ਦਿਖਾਉਣਾ, ਉਹ ਚੱਲਦਾ ਮਲਚਰ ਤੇ ਜੋਂਡੀਅਰ, ਇਹ ਗਿਆਨੀ ਬਰਨਾਲੇ ਵਾਲੇ ਤੋਂ ਬਣਾ ਕੇ ਲੈ ਕੇ ਆਉਂਦਾ ਬਾਈ। 4.5 ਕੁਇੰਟਲ ਦਾ ਸੁਭਾਗ ਆ, ਕੋਈ ਇਹਦੇ ਰੱਖਣ ਦੀ ਲੋੜ ਨਹੀਂ। ਬੂਰੀ ਬੂਰੀ ਮੈਂ ਕਹਿੰਦਾ ਐਨ ਬਸ ਪਲਸਤਰੀ ਕਰਦਾ ਤੁਰਿਆ ਆਉਂਦਾ, ਇੰਨਾ ਵਧੀਆ ਸੁਭਾਗਾ ਵਾ। ਆਪਣੇ ਆ ਟਰਾਲੀ ਪਲਟ ਗਈ ਜੀ ਯਾਰ, ਤੇ ਟਰਾਲੀ ਪਲਟ ਗਈ ਸੀਗੀ ਆਪਣੇ ਆਪਣੇ ਲਵਾਰੇ ਨਾਲ ਜ਼ੋਰ। ਚੱਲ ਚੱਲ ਚੱਲ, ਨਹੀਂ ਯਾਰ ਟਰਾਲੀ ਦਾ ਐਂਗਲ ਨਹੀਂ ਸਹੀ ਹੈਗਾ। ਆ ਬਾਈ ਇੱਥੇ ਪਲਟ ਗਈ ਸੀ ਟਰਾਲੀ, ਇੱਧਰ ਆ ਡਿੱਗ ਪਿਆ, ਮਿੱਟੀ ਆ ਸੀਗੀ ਭਰੀ ਹੋਈ, ਉੱਤੇ ਪੱਠੇ ਸੀਗੇ ਭਰੇ ਹੋਏ ਯਾਰ। ਚੱਲ 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 ਚੱਲ, ਗਈ ਗਈ ਗਈ, ਚਲੋ ਬਾਬੀ ਵਾਹ ਬਾਬੀ ਵਾਹ, ਹਾਂ ਹੋ ਗਈ ਪਾਰ, ਸ਼ੁਕਰ ਆ ਰੱਬ ਦਾ, ਪਰਮਾਤਮਾ ਦਾ ਸ਼ੁਕਰ ਆ, ਹੋ ਗਈ ਪਾਰ। ਹੈਲੋ, ਹਾਂਜੀ ਕਿੱਦਾਂ ਜੀ, ਉਮੀਦ ਕਰਦਾ ਜੀ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਸਰਬੱਤ ਦਾ ਭਲਾ ਕਰੇ, ਸਾਰਿਆਂ 'ਤੇ ਮਿਹਰ ਬਣਾਈ ਰੱਖੇ, ਸਾਰੇ ਆਪਦੇ ਕੰਮ 'ਚ ਬਿਜੀ ਹੋਣ। ਅਤੇ ਵੀਰੇ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ 'ਤੇ, ਜਿਹਦਾ ਨਾਮ ਆ ਹਰਿੰਦਰ ਸਿੰਘ ਗੁੜੇਵਾਲਾ। ਅਤੇ ਆਪਾਂ ਅੱਜ ਬਲੌਗ ਸ਼ੁਰੂ ਕਰਦੇ ਹਾਂ। ਪਹਿਲਾਂ ਤੁਸੀਂ ਟਰੈਕਟਰ ਵਾਲਾ ਦੇਖ ਲਿਆ ਹੋਣਾ ਬਲੌਗ, ਜਿਹੜਾ ਆਪਾਂ ਏਜੰਸੀ 'ਚ ਗਏ ਸੀਗੇ, ਟਰੈਕਟਰ ਦੇਖ ਕੇ ਆਉਂਦਾ ਸੀਗਾ, ਵਧੀਆ ਸੀਗਾ ਟਰੈਕਟਰ ਉਹ ਜਿਹੜਾ ਸਵਰਾਜ ਨੇ ਨਵਾਂ ਕੱਢਿਆ ਵਾ। ਅਤੇ ਹੁਣ ਆਪਾਂ ਇੱਕ ਦਿਨ ਸੱਠ ਵਾਲਿਆਂ ਦੇ ਵੀ ਜਾ ਕੇ ਆਉਣਾ, ਫਾਰਮ ਟਰੈਕ ਵਾਲਿਆਂ ਦੇ ਵੀ, ਉਹਨਾਂ ਦਾ ਵੀ ਨਵਾਂ ਆਇਆ ਟਰੈਕਟਰ 6055 CRD, ਉਹਦੀ ਮੈਂ ਟਰਾਈ ਲੈ ਕੇ ਆਇਆ ਸੀਗਾ, ਬਹੁਤ ਵਧੀਆ ਵਾ। ਜਾਣੀ ਕਿ ਬਲੌਗ ਨਹੀਂ ਮੈਂ ਤੋਂ ਬਣਾ ਹੋਇਆ, ਤੇਜ਼ੀ ਸੀਗੀ ਥੋੜ੍ਹੀ ਜੀ, ਉਹ ਵੀ ਆਪਾਂ ਬਣਾਵਾਂਗੇ। ਅਤੇ ਅੱਜ ਸੀਗੇ ਖੇਤ ਆਪਣੇ ਆਲੂ ਬੀਜਣ ਆਏ ਸੀਗੇ, ਅੱਜ ਮੋਟਰਾਂ ਲਾਈਟਾਂ ਲਾਈਟ ਆਈ ਹੋਈ ਆ, 5-6 ਮੋਟਰਾਂ ਚੱਲਦੀਆਂ ਵਾ। ਅਤੇ ਉਹ ਸਾਰੇ ਬੰਦੇ ਉੱਧਰ ਗਏ ਹੋਏ ਆ, ਫਿਰ ਉਹ ਜਦੋਂ ਵਿਹਲੇ ਹੋਣਗੇ 2 ਵਜੇ ਫਿਰ ਉਦੋਂ ਬਾਅਦ 'ਚ ਹੀ ਆਲੂ ਬੀਜਾਂਗੇ। ਅਤੇ ਇੱਧਰ ਅਸੀਂ ਵੀ ਵਿਹਲੇ ਵੀ ਸੀਗੇ, ਬੈਠੇ ਸੀਗੇ, ਅਸੀਂ ਕਿਹਾ ਚੱਲ ਆਪਾਂ ਜਾਨੂੰ ਪੱਠਿਆਂ ਨੂੰ ਪਾਣੀ ਪੂਣੀ ਲਾ ਲੈਂਦੇ ਹਾਂ, ਸਰੋਂ ਸਾਗ ਹੋ ਜੂਗਾ ਵਧੀਆ, ਊਂ ਤਾਂ ਵੈਸੇ ਵਧੀਆ ਹੋਇਆ ਹੋਇਆ ਵਾ। ਅਤੇ ਬਸ ਇਹੀ ਸੀਗਾ ਜੀ, ਆਪਾਂ ਮਤਲਬ ਕਰਦੇ ਸੀਗੇ ਆਲੂ ਦੀ ਬਿਜਾਈ ਸ਼ੁਰੂ, ਅਤੇ ਮੁੜ ਕੇ ਉਦੋਂ ਬਾਅਦ 'ਚ ਫਿਰ ਖਾਲੇ ਖੂਲੇ ਪਾਵਾਂਗੇ। ਅੱਜ ਮੌਸਮ ਵੀ ਥੋੜ੍ਹਾ ਜਿਹਾ ਖਰਾਬ ਆ, ਜਿਵੇਂ ਨਾ ਬੱਦਲਬਾਜ਼ੀ ਜੀ ਹੋਈ ਪਈ ਆ, ਧੂੰਏ ਧੂੰਏ ਨਾਲ, ਧੂੰਆਂ ਤੁਹਾਨੂੰ ਪਤਾ ਹੀ ਆ ਕਿੰਨਾ ਹੋਇਆ ਪਿਆ ਵਾ ਬਈ, ਅੱਗਾਂ ਲਾ ਲਾ ਕੇ। ਵੈਸੇ ਅੱਗ ਤਾਂ ਲਾਉਣੀ ਨਹੀਂ ਚਾਹੀਦੀ ਆਪਾਂ ਤਾਂ ਬਈ, ਐਵੇਂ ਕਹੀਏ ਲਾਈ ਨਹੀਂ ਕਿਤੇ, ਚਲੋ ਹਰੇਕ ਦੀ ਆਪਦੀ ਆਪਦੀ ਸੋਚਣੀ ਆ। ਅਤੇ ਬਾਈ ਆਪਣਾ ਨਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਮੇਰੇ, ਅਤੇ ਜਿਹੜੇ ਫੇਸਬੁੱਕ 'ਤੇ ਦੇਖਦੇ ਆ ਵੀਰੇ ਫੋਲੋ ਕਰਿਆ ਕਰੋ, ਅਤੇ ਜਿਹੜੇ ਯੂਟਿਊਬ 'ਤੇ ਦੇਖਦੇ ਆਪਣਾ ਸਬਸਕ੍ਰਾਈਬ ਕਰ ਲਿਓ ਵੀਰੇ ਚੈਨਲ ਨੂੰ, ਜਿਹੜੇ ਨਵੇਂ ਮੇਰੇ ਵੀਰ ਦੇਖਦੇ ਆ। ਆਪਾਂ ਖੇਤੀ ਨਾਲ ਸੰਬੰਧਿਤ ਰਿਲੇਟਡ ਆਪਣੇ ਬਲੌਗ ਆਉਂਦੇ ਆ, ਬਾਕੀ ਕੋਈ ਵੀ ਆ ਜਿਹੜੇ ਕੋਈ ਚੀਜ਼ ਨਵੀਂ ਨਵੀਂ ਆਊਗੀ ਆਪਾਂ ਸਾਰੀਆਂ ਹੁਣ ਦਿਖਾਇਆ ਕਰਾਂਗੇ। ਆਹ ਦੇਖ ਲਓ ਅੱਜ ਮੋਟਰਾਂ ਚੱਲਦੀਆਂ ਵਾ ਆਪਣੀਆਂ, ਇੱਧਰ ਮੋਟਰ ਚੱਲਦੀ ਆ ਅਤੇ ਆਪਾਂ ਨੇ ਇੱਥੇ ਆ ਪੱਠਿਆਂ ਨੂੰ ਪਾਣੀ ਲਾਉਣ ਲੱਗੇ ਹੋਏ ਆ, ਪੱਠਿਆਂ ਨੂੰ ਪਾਣੀ ਲਾਉਣ ਲੱਗੇ ਹਾਂ। ਇੱਕ ਆਪਣਾ ਉੱਧਰ ਜੋਂਡੀਅਰ ਚੱਲਦਾ ਮਲਚਰ ਤੇ, ਉਹਦੇ ਉਹ ਤੁਹਾਨੂੰ ਦਿਖਾਉਣਾ, ਉਹ ਚੱਲਦਾ ਮਲਚਰ ਤੇ ਜੋਂਡੀਅਰ, ਮਲਚਰ 'ਤੇ ਚੱਲ ਰਿਹਾ ਵਾ, ਇਹਦੇ ਨਾਲ ਸੁਹਾਗਾ ਫੇਰਦਾ। ਆਹ ਵਾ ਦੇ ਬਾਈ ਸੁਹਾਗਾ ਜਿਹਦੀ ਮੈਂ ਗੱਲ ਕਰਦਾ ਸੀ, ਇਹ ਗਿਆਨੀ ਬਰਨਾਲੇ ਵਾਲੇ ਤੋਂ ਬਣਾ ਕੇ ਲੈ ਕੇ ਆਉਂਦਾ ਬਾਈ, 4.5 ਕੁਇੰਟਲ ਦਾ ਸੁਭਾਗ ਆ, ਕੋਈ ਇਹਦੇ ਰੱਖਣ ਦੀ ਲੋੜ ਨਹੀਂ। ਬੂਰੀ ਬੂਰੀ ਮੈਂ ਕਹਿੰਦਾ ਐਨ ਬਸ ਪਲਸਤਰੀ ਕਰਦਾ ਤੁਰਿਆ ਆਉਂਦਾ, ਇੰਨਾ ਵਧੀਆ ਸੁਭਾਗਾ ਵਾ। ਇਹ ਤਾਂ ਆਪਣੇ ਬੀਜ ਲੱਦਿਆ ਹੋਇਆ ਬੋਰੀ 'ਚ,
ਤੇ ਟਰਾਲੀ 'ਚ ਵੀ ਆਪਣੇ ਭਰਿਆ ਖੜਾਇਆ ਅਤੇ ਆਹ ਆਪਣਾ ਖੜਾ 60 ਬਸ ਹੈ ਤਾਂ ਥੋੜ੍ਹਾ ਹੀ ਆਹ ਬੀਜਣ ਵਾਲਾ ਇੱਧਰ 2.5-3 ਕਿੱਲੇ ਹੀ ਆ ਇਹਦਾ ਆਪਾਂ ਬੀਜ ਦੇਣੇ ਆ 2 ਘੰਟਿਆਂ 'ਚ ਅਤੇ ਬਾਕੀ ਚਲੋ ਜਦੋਂ ਬਿਜਾਈ ਸ਼ੁਰੂ ਹੋਊਗੀ ਉਦੋਂ ਹੁਣ ਦਿਖਾਵਾਂਗੇ ਉਹਦੇ ਜਿਵੇਂ ਆਹ ਦੇ ਅੱਗ ਲੱਗੀ ਹੋਈ ਐਂ ਬਈ ਮੌਸਮ ਖਰਾਬ ਹੋ ਜਾਂਦਾ ਯਾਰ ਆਹ ਦੇ ਸਾਰਾ ਉੱਤੇ ਬੱਦਲ ਹੀ ਬੱਦਲ ਆ ਧੁੱਪ ਧੁੱਪ ਤਾਂ ਹੈ ਹੀ ਨਹੀਂ ਨਿਕਲੀ ਹੋਈ ਨਹੀਂ ਧੁੱਪ ਤਾਂ ਬੱਦਲ ਹੀ ਆ ਆਪਣੇ ਮੈਂ ਕਿਹਾ ਇੱਕ ਜਿਹੜਾ ਪਿੰਡ ਦਾ ਵੀ ਦਿਖਾ ਦਈਏ ਗੁਰਦੁਆਰਾ ਸਾਹਿਬ ਆਪਣੇ ਵੱਡੇ ਗੁਰਦੁਆਰਾ ਸਾਹਿਬ ਆ ਇੱਧਰ ਵਿੱਚ ਹਵਾ ਜੀ ਪੈਂਦੀ ਹੋਣੀ ਆ ਐਡਜਸਟ ਕਰ ਲਿਓ ਮੈਂ ਦੇਖ ਕੇ ਆਉਣਾ ਮਿਸਤਰੀ ਹੈ ਜੀ ਸਰਵਿਸ ਜੀ ਕਰਾਉਣੀ ਸੀ ਸਕੂਟਰੀ ਦੀ ਐਕਟਵਾ ਦੀ ਇਹਦੇ ਵਧੀਆ ਇੱਥੇ ਸਮਾਨ ਸਮੂਨ ਆ ਜਾਂਦਾ ਥੱਲੇ ਇਹ ਤਾਂ ਰੱਖੀ ਹੋਈ ਆ ਤੇਲ ਤੂਲ ਜਾਣਾ ਰੋਟੀਆਂ ਰਾਟੀਆਂ ਲਿਜਾਣੀਆਂ ਤਾਂ ਇਹਦਾ ਦੂਜਾ ਫਾਇਦਾ ਵਾ ਇਹ ਚੀਜ਼ ਦਾ ਅਤੇ ਐਂ ਆ ਚੱਲੀ ਜਾਂਦਾ ਕੰਮ ਅਤੇ ਕਣਕ ਬੀਜਾਂਗੇ ਉਹਦਾ ਵੀ ਬਣਾਵਾਂਗੇ ਆਪਾਂ ਸੁਪਰ ਸੀਡਰ ਨਾਲ ਬੀਜਾਂਗੇ ਪ੍ਰਧਾਨ ਸਾਹਿਬ ਚੱਲੇ ਉਹਦੇ ਆਪਣੇ ਇਹ ਆ ਗਈ ਸਬੱਦੀ ਵਾਲੀ ਸੜਕ ਜਿਹੜੀ ਹੰਬੜਾਂ ਨੂੰ ਨਾ ਜਾਂਦੀ ਆ ਬੜੇ ਭੂੰਦੜੀ ਹੁਣ ਤਾਂ ਦੇਖ ਲਓ ਤੁਸੀਂ ਚਾਰੇ ਪਾਸੇ ਕੰਮ ਚੱਲੀ ਰਿਹਾ ਜਾਂਦਾ ਬਈ ਆਪਣੇ ਆ ਟਰਾਲੀ ਪਲਟ ਗਈ ਜੀ ਯਾਰ ਤੇ ਟਰਾਲੀ ਪਲਟ ਗਈ ਸੀਗੀ ਆਪਣੇ ਆਪਣੇ ਲਵਾਰੇ ਨਾਲ ਜ਼ੋਰ ਚੱਲ ਚੱਲ ਗਈ 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 ਚੱਲ 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 ਨਾ ਨਾ ਗਈ ਗਈ ਜੀ ਗਈ ਚੱਲ ਚੱਲ ਚੜ ਗਈ ਚੜ ਗਈ ਚੜ ਗਈ ਚੱਲ 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 ਨਹੀਂ ਯਾਰ ਟਰਾਲੀ ਦਾ ਐਂਗਲ ਨਹੀਂ ਸਹੀ ਹੈਗਾ ਹਾਂ ਬਈ ਇੱਥੇ ਪਲਟ ਗਈ ਸੀ ਟਰਾਲੀ
ਇੱਧਰ ਆ ਡਿੱਗ ਪਿਆ, ਮਿੱਟੀ ਆ ਸੀਗੀ ਭਰੀ ਹੋਈ, ਉੱਤੇ ਪੱਠੇ ਸੀਗੇ ਭਰੇ ਹੋਏ ਯਾਰ, ਪੱਠੇ ਸੀਗੇ ਤੇ ਮਿੱਟੀ ਸੀਗੀ ਭਰੀ ਹੋਈ ਏ ਯਾਰ ਆਪਣੇ, ਪਤਾ ਨਹੀਂ ਹੁਣ ਰੱਬ ਜਾਣੇ ਕਿਵੇਂ ਡਿੱਗੀ ਆ ਇਹਦੇ ਵਿੱਚ, ਯਾਨੀ ਕਿ ਡਿੱਗ ਵੀ ਟਰਾਲੀ ਖੱਤੇ ਨੀਵੇ ਇਹਦੇ ਵਿੱਚ, ਉਹ ਮਿੱਟੀ ਲਾਈ ਹੋਈ ਆ ਮੂਹਰੇ ਆ ਪੱਠੇ ਆ। ਚਲ ਹੁਣ ਤਾਂ ਨਿਕਲਿਆ ਵੇ ਰੱਬ ਮੇਰਾ ਵੀ ਵਧੀਆ ਯਾਰ ਆਰਾਮ ਨਾਲ, ਚਲੋ ਚਲੋ ਚੜਾ ਲਾ ਚੱਲ ਯਾਰ ਨਿਕਲ ਜਾਵੇ ਵਧੀਆ, ਨਿਕਲੋ ਚਲੋ ਚਲੋ ਨਿਕਲ ਜਾਣੀ ਆ ਯਾਰ, ਪਤਾ ਨੀ ਕਮਾਲ ਹੀ ਗੱਲ ਹੋ ਗਈ ਯਾਰ ਕਿਵੇਂ ਡਿੱਗੀ ਆ ਟਰਾਲੀ, ਰਾਹ ਵੀ ਚੌੜਾ ਵਾ ਵੈਸੇ ਪਤਾ, ਪਰ ਕਈ ਵਾਰ ਪਤਾ ਨੀ ਲੱਗਦਾ ਬੰਦੇ ਨੂੰ ਬਹਿ ਬੂਹ ਜਾਂਦੀ ਆ ਟਰਾਲੀ, ਇਹਦਾ ਨੋਰਮਲ ਗੱਲਾਂ ਨੇ ਬਾਈ ਕੋਈ ਚੱਕਰ ਨੀ, ਤੇ ਪਰ ਟਰਾਲੀ ਐਂ ਪਲਟੇ ਨਾ ਯਾਰ ਵਧੀਆ ਉਵੇਂ ਨਿਕਲ ਜਾਵੇ। ਚਲੋ ਚੱਲ 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 ਗਈ ਗਈ ਗਈ, ਚਲੋ ਵਾਹ ਵੀ ਵਾਹ ਵਾਹ ਵੀ ਵਾਹ, ਹਾਂ ਹੋ ਗਈ ਪਾਰ ਸ਼ੁਕਰ ਆ ਸ਼ੁਕਰ ਆ ਰੱਬ ਦਾ ਪਰਮਾਤਮਾ ਦਾ ਸ਼ੁਕਰ ਆ ਹੋ ਗਈ ਪਾਰ। ਹਾਂਜੀ ਅੱਜ ਪਰਾਲੀ ਇਕੱਠੀ ਕਰ ਰਹੇ ਹਾਂ ਆਪਾਂ, ਮੈਂ ਕਿਹਾ ਦਿਖਾ ਦਈਏ ਵੀਡੀਓ ਇਹਦੀ, ਇਹ ਤਾਂ ਘਰਾਂ ਕੋਲੇ ਸੈੱਡ ਕੋਲੇ ਹੀ ਆ, ਇਹਦਾ ਥੋੜ੍ਹਾ ਜਿਹਾ ਢੇਰ ਲੱਗਿਆ ਲਾਉਣਾ ਪੂਰਾ ਉੱਚਾ ਰੱਖ ਕੇ ਢੇਰ, ਫਿਰ ਢੇਰ ਲਾ ਕੇ ਨਾਲ ਸੀਗੇ ਸਾਰੇ ਉਹ ਖੱਤੇ ਚੋਂ ਵੀ ਕਰਨੀ ਹੈ ਇਕੱਠੀ, ਇਹ ਆਲੂਆਂ ਲਈ ਜਦੋਂ ਆਲੂ ਆਪਾਂ ਪੱਟਾਂਗੇ ਫਿਰ ਢੇਰ ਲਾਵਾਂਗੇ ਉਹਦੇ ਉੱਤੇ ਦੇਣੇ ਪੈਂਦੀ ਹੁੰਦੀ ਆ ਪਰਾਲੀ, ਉਹਦੇ ਲਈ ਆਪਾਂ ਇਹ ਇਕੱਠੀ ਕਰ ਰਹੇ ਹਾਂ। ਖਾਈ ਠੀਕ ਆ, ਦਲੀਪ ਕਹਿੰਦਾ ਖਾਈ ਦੋ ਕੰਮ ਠੀਕ ਆ, ਦਲੀਪ ਮਾਰਦਾ ਅੱਠੇ ਅੱਜ। ਲਓ ਜੀ ਪਰਾਲੀ ਲੋਡ ਕਰੀ ਜਾਂਦੇ ਹਾਂ ਆਪਾਂ, ਅਤੇ ਪਰਾਲੀ ਦਾ ਆਪਾਂ ਇਕੱਠੀ ਕਰੀ ਜਾਂਦੇ ਹਾਂ, ਬਸ ਆਹ ਰਹਿ ਗਈ ਥੋੜ੍ਹੀ ਜੀ, ਅਤੇ ਇਹ ਬਸ ਇਕੱਠੀ ਕਰਕੇ ਫਿਰ ਕੱਲ੍ਹ ਨੂੰ ਦੂਜੇ ਕੱਥੇ 'ਚ ਇਕੱਠੀ ਕਰਾਂਗੇ, ਅਤੇ ਬਸ ਇਹੀ ਆ ਬਾਈ ਚੱਲੀ ਜਾਂਦਾ ਕੰਮ। ਉੱਧਰ ਕੌਂਟ ਗੁਰਦੁਆਰਾ ਸਾਹਿਬ ਆਪਣੇ ਪ੍ਰਕਾਸ਼ ਹੋਇਆ ਅਖੰਡ ਪਾਠ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ, ਦੇਖੋ ਕਿੰਨਾ ਵਧੀਆ ਲੱਗਦਾ ਗੁਰਦੁਆਰਾ ਸਾਹਿਬ, ਦੇਖੋ ਬਹੁਤ ਸੋਹਣਾ ਲੱਗਦਾ ਯਾਰ, ਐਂ ਆ ਨਾ ਜਿਵੇਂ ਮੀਂਹ ਪੈਂਦਾ ਹੁੰਦਾ ਨਾ ਪੀਲਾ ਪੀਲਾ ਐਂ ਲੜੀਆਂ ਨਾਲ, ਇੰਨਾ ਕਿੰਨਾ ਵਧੀਆ ਸਜਾਇਆ ਹੋਇਆ ਆਹ ਨਾਲ ਆਹ ਨਿਸ਼ਾਨ ਸਾਹਿਬ ਆ, ਆਹ ਦੇ ਆਹ ਨਿਸ਼ਾਨ ਸਾਹਿਬ ਆ, ਅਤੇ ਇਹ ਆਪਣੇ ਦਿਲੋ ਇੰਨੀ ਦੂਰ ਆ ਕਿਤੇ, ਪਰ ਐਂ ਜੂਮ ਕਰਕੇ ਐਂ ਦੇਖਦਾ ਆਪਣੇ ਆਹ ਦੇ ਨੇੜੇ ਬਿਲਕੁਲ। ਬਸ ਬਾਈ ਆਹੀ ਇੱਕ ਚੱਲੀ ਜਾਂਦਾ ਕੰਮ ਆਪਣੇ, ਲੱਗੇ ਪਏ ਆ ਨੌਜਵਾਨ ਨਾਲ, ਅਤੇ ਬਾਕੀ ਬਸ ਥੋੜ੍ਹੀਆਂ ਹੀ ਰਹਿ ਗਈਆਂ ਇੱਥੇ, ਇਹ ਕਰਕੇ ਫਿਰ ਮਿਲਦੇ ਹਾਂ। ਅਤੇ ਬਾਈ ਜੀ ਆਪਾਂ ਇਹ ਕਹਿੰਦੇ ਸੀ ਵੀ ਪਲੀਜ਼ ਯਾਰ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਵੀਰੇ ਮਿਹਨਤ ਬਹੁਤ ਆਉਂਦੀ ਆ, ਦੇਖ ਲਓ ਤੁਹਾਡੇ ਮੂਹਰੇ ਮੱਛਰ ਅੱਡੀ ਜਾਂਦਾ ਵਾ ਉੱਡੀ ਜਾਂਦਾ ਲੈਟ ਮੂਹਰੇ, ਅਤੇ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਪਲੀਜ਼ ਨਾ ਜਿਹੜੇ ਆਪਣੇ ਬਾਈ ਦੇਖਦੇ ਆ ਚੈਨਲ ਨੂੰ ਯਾਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਕਿਉਂਕਿ ਵੀਰੇ ਬਾਹਲਾ ਟਾਈਮ ਨਹੀਂ ਲੱਗਦਾ, ਲਾਲ ਜਿਹੇ ਘੰਟੇ 'ਤੇ ਲਾਲ ਵਾਲੇ 'ਤੇ ਨੱਪਣ ਨੂੰ, ਕਿਉਂਕਿ ਤੁਹਾਨੂੰ ਵੀਰੇ ਯਾਰ ਨਵੀਂ ਨਵੀਂ ਵੀਡੀਓ ਆਪਾਂ ਦੇਵਾਂਗੇ, ਐਨ ਪੂਰੀਆਂ ਐਂਡ ਵੀਡੀਓ ਦੇਵਾਂਗੇ, ਐਂ ਨਹੀਂ ਵੀ ਐਂ ਦੂਜੀਆਂ ਉਈ, ਐਨ ਪੂਰੀਆਂ ਵਧੀਆ ਤੁਹਾਨੂੰ ਜਾਣਕਾਰੀ ਦੇਵਾਂਗੇ, ਅਤੇ ਬੈੱਲ ਆਈਕਾਊਂ ਤੋਂ ਆਲ 'ਤੇ ਕਲੈਕਟ ਕਰ ਦਿਓ, ਅਤੇ ਓਕੇ ਵੀਰੇ ਮਿਲਦੇ ਹਾਂ ਆਪਾਂ ਕਿਸੇ ਅਗਲੇ ਵਲੋਗ 'ਚ, ਅੱਜ ਦਾ ਵਲੋਗ ਇੱਥੇ ਤੱਕ ਸੀ, ਅਤੇ ਰੱਬ ਕਰੇ ਤੁਸੀਂ ਸਾਰੇ ਖੁਸ਼ ਰਹੋ ਆਬਾਦ ਰਹੋ, ਓਕੇ ਵੀਰੇ ਧੰਨਵਾਦ।